ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਸਾਰੇ ਮੁਲਕਾਂ ਦਾ ਤਾਨਵਾਦ ਕੀਤਾ ਹੈ ਜਿਨ੍ਹਾਂ ਨੇ ਸਿੱਖ ਇਖਤਰਾਸ਼ਟਰ ਵਿੱਚ ਅੰਤਰਰਾਸ਼ਟਰੀ ਮਿਲਟ ਅਨਾਜ ਵਰੀ ਦੇ ਮਤੇ ਲਈ ਪਹਿਲ ਕਦਮੀ ਅਤੇ ਇਸ ਨੂੰ ਸਹਿ ਸਪੌਂਸਰ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਭਾਰਤ ਮਿਲੇਟ ਅਨਾਜ ਨੂੰ ਹਰਮਨ ਪਿਆਰਾ ਬਣਾਉਣ ਲਈ ਮੋਟੀ ਵੱਜੋਂ ਕੰਮ ਕਰਨ ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਮਿਲੇਟ ਅਨਾਜ ਜਿਨ੍ਹਾਂ ਵਿੱਚ ਬਾਜਰਾ ਤੇ ਜਵਾਰ ਵੀ ਆਉਂਦੇ ਨੇ ਇਹਨਾਂ ਦੀ ਖਪਤ ਨਾਲ ਭੋਜਨ ਦੀ ਪੌਸ਼ਟਿਕਤਾ ਦੇ ਨਾਲ-ਨਾਲ ਖੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਭਲਾਈ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਿਲੇਟ ਦਿਵਸ 2023 ਨਾਲ ਖੇਤੀ ਵਿਗਿਆਨੀਆਂ ਤੇ ਸਟਾਰਟਅਪ ਪਾਇਚਰੇ ਲਈ ਖੋਜ ਅਤੇ ਨਵਾਂਚਾਰ ਮੌਕੇ ਵੀ ਉਪਲਬਧ ਹੋਣਗੇ। ਨਰੇਂਦਰ ਮੋਦੀ ਨੇ ਕਿਹਾ ਕਿ ਉੱਗੇ ਡਾਲੀਗੇਟ ਨੂੰ ਸਵਾਦੇਸ਼ਟ ਮਿਲੇਟ ਮਰੂਕੂ ਵੀ ਪ੍ਰੋਸਿਆ ਗਿਆ ਉਹਨਾਂ ਨੇ ਕਿਹਾ ਕਿ ਉਹ ਵੀ ਇਸ ਅਨਾਜ ਦੇ ਖਾਣੇ ਨੂੰ ਬਹੁਤ ਪਸੰਦ ਕਰਦੇ ਨੇ ਅਤੇ ਸਾਰਿਆਂ ਨੂੰ ਮਰੂਕੂ ਦਾ ਸਵਾਦ ਲੈਣਾ ਚਾਹੀਦਾ ਹੈ ਭਾਰਤ ਵੱਲੋਂ ਅੰਤਰਰਾਸ਼ਟਰੀ ਮਿਲੇਟ ਵਰਾ 2023 ਬਾਰੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਸਪான்ਸਰ ਕੀਤਾ ਗਿਆ ਸੀ ਅਤੇ ਸੰਯੁਕਤ ਰਾਸ਼ਟਰ ਆਮ ਸਭਾ ਵਿੱਚ ਬੀਤੇ ਦਿਨ ਇਸ ਨੂੰ ਆਮ ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨੇ ਇਸ ਵਾਸਤੇ ਖਾਸ ਤੌਰ ਤੇ ਬੰਗਲਾਦੇਸ਼ ਕਿਨੀਆ ਨੇਪਾਲ ਨਾਈਜੀਰੀਆ ਰੂਸ ਅਤੇ ਸੈਨੇਗਲ ਸਮੇਤ ਸਾਰ ਹੀ ਸਪੌਂਸਰ ਮੂਲਕਾਂ ਦੇ ਨਾਲ-ਨਾਲ ਪਾਰੀ ਸਮਰਥਨ ਲਈ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਮੂਲਕਾਂ ਦਾ ਧੰਨਵਾਦ ਕੀਤਾ ਭਾਰਤ ਨੇ ਅੱਜ ਮੈਰੀਟਾਈਮ ਇੰਡੀਆ ਸੰਮੇਲਨ ਮੌਕੇ ਚਾਹ ਭਾਂ ਦਿਵਸ ਵੀ ਮਨਾਇਆ ਇਹ ਸੰਮੇਲਨ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਅਫਗਾਨਿਸਤਾਨ ਆਰਮੀਨੀਆ ਈਰਾਨ ਕਜ਼ਾਕਿਸਤਾਨ ਰੂਸ ਅਤੇ ਉਜ਼ਬੇਕਿਸਤਾਨ ਦੇ ਮੰਤਰੀਆਂ ਨੇ ਹਿੱਸਾ ਲਿਆ ਮંત્રી ਪਦਰੀ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਆਲਮੀ ਆਰਥਿਕ ਵਾਧੇ ਦਾ ਰੁਖ ਏਸ਼ੀਆ ਵੱਲ ਹੋ ਜਾਣਾ ਖੇਤਰ ਵਿੱਚ ਸੰਪਰਕ ਲਈ ਬੇਮਿਸਾਲ ਮੌਕੇ ਪੈਦਾ ਹੋ ਰਹੇ ਨੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੇ ਲੋਕਾਂ ਦੀਆਂ ਵਾਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਖੇਤਰ ਵਿੱਚ ਪੁਨਿਆਤੀ ਢਾਂਚਾਗਤ ਕਮੀਆਂ ਨੂੰ ਦੂਰ ਕਿਤੇ ਚਾਹ ਦੀ ਲੋੜ ਹੈ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਖੇਤਰੀ ਸੰਪਰਕ ਦੇ ਮਹੱਤਵ ਨੂੰ ਪਛਾਣ ਲਿਆ ਚਾਬਹਾਰ ਵਿੱਚ ਨਿਵੇਸ਼ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ ਉਪਰਾਸ਼ਟਰਪਤੀ ਐਮ ਵਿੰਕੀਆ ਨਾਇਡੂ ਨੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਾਇੰਸ ਤੇ ਟੈਕਨੋਲੋਜੀ ਨਾਲ ਲੋਕਾਂ ਦੇ ਜੀਵਨ ਮਿਆਰ ਵਿੱਚ ਸੁਧਾਰ ਆਵੇ। ਅੱਜ ਆਂਧਰਾਪ੍ਰਦੇਸ਼ ਦੇ ਆਈਆਈਟੀ ਤਿਰੂਪਤੀ ਦੇ 6ਵੇਂ ਸੰਸਥਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਢਾਂਚੇ ਵਿੱਚ ਟੈਕਨੋਲੋਜੀ ਦਾ ਪਸਾਰ ਫੈਸਲਾ ਕੁੱਨ ਅਸਰ ਪਾਉਂਦਾ ਹੈ ਅਤੇ ਹੁਨਰਮੰਦ, ਪ੍ਰੇਰਿਤ ਅਤੇ ਹੌਸਲਾਮੰਦ ਨੌਜਵਾਨ ਇਸ ਦਿਸ਼ਾ ਵਿੱਚ ਬਦਲਾ ਕੁੱਨ ਨੂੰ ਭੂਮਿਕਾ ਨਿਭਾ ਸਕਦੇ ਨੇ। ਉਨੇ ਕਿਹਾ ਕਿ ਜੇ ਵਿਦਿਆਰਥੀਆਂ ਨੂੰ ਸਹੀ ਮੌਕਾ ਦਿੱਤਾ ਜਾਵੇ ਤਾਂ ਉਹ ਸਾਇੰਸ ਤੇ ਟੈਕਨਾਲੋਜੀ ਦੇ ਬੂਤੇ ਸਮਾਜ ਵਿੱਚ ਤਬਦੀਲੀ ਲਿਆ ਸਕਦੇ ਨੇ। ਸ਼੍ਰੀ ਐਮ ਵਿੰਕੀਆ ਨਾਈਟੂ ਨੇ ਕਿਹਾ ਕਿ ਸੰਸਥਾਾਂ ਤੇ ਸੰਸਥਾਵਾਂ ਵਿਚਾਲੇ ਮਜ਼ਬੂਤ ਸੰਪਰਕ ਬਣਾਉਣ ਵੱਲ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਤੇ ਇਸ ਸਮੇਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਦਾਨ ਨੂੰ ਵਧਾਏ ਜਾਣ ਦੀ ਲੋੜ ਹੈ। ਉਹਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਭਾਰਤ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਇੱਕ ਸਮਾਂ ਸੀ ਜਦ ਭਾਰਤ ਨੂੰ ਵਿਸ਼ਵ ਗੁਰੂ ਕਿਹਾ ਜਾਂਦਾ ਸੀ। ਉਪਰਾਸ਼ਟrapati ਨੇ ਕਿਹਾ ਕਿ ਅਸੀਂ ਆਪਣਾ ਪੁਰਾਣਾ ਗੌਰਵ ਵਾਪਸ ਲੈਣਾ ਚਾਹੁੰਦੇ ਹਾਂ। ਤੇ ਭਾਰਤ ਨੂੰ ਮੋੜ ਤੋਂ ਗਿਆਨ ਤੇ ਸਿੱਖਿਆ ਦੇ ਹੱਬ ਵਜੋਂ ਵਿਕਸਿਤ ਕਰਨਾ ਹੈ। ਦੇਸ਼ ਵਿੱਚ ਹੁਣ ਤੱਕ 1 ਕਰੋੜ 66 ਲੱਖ 16 ਹਜ਼ਾਰ ਲਾਪਾਤਰੀਆਂ ਨੂੰ ਕੋਵਿਡ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਉਹਨਾਂ ਵਿੱਚੋਂ 9 ਲੱਖ 94 ਹਜ਼ਾਰ 452 ਲੋਕਾਂ ਨੂੰ ਬੀਤੇ 24 ਘੰਟਿਆਂ ਦੇ ਵਿੱਚ ਟੀਕਾ ਲਗਾਇਆ ਗਿਆ ਹੈ। ਕੇਂਦਰੀ ਸਿਹਤ ਅਤੇ ਪ੍ਰਿਵਾਰ ਪੁਲਾਈ ਮੰਤ్రਾਲਾ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਕੋਵਿਡ ਤੋਂ ਠੀਕ ਹੋਣ ਦੀ ਦਰ 97.03% ਤੱਕ ਪਹੁੰਚ ਗਈ ਅਤੇ ਬੀਤੇ 24 ਘੰਟਿਆਂ ਵਿੱਚ 14000 ਤੋਂ ਵੱਧ ਕੋਵਿਡ ਮਰੀਜ਼ ਠੀਕ ਹੋਏ ਨੇ ਮੰਤ్రਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 17407 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਨਾਲ ਪੁਸ਼ਟੀ ਵਾਲੇ ਕੁੱਲ ਮਾਮਲੇ ਦੀ ਗਿਣਤੀ 1 ਕਰੋੜ 11 ਲੱਖ 50 ਹਜ਼ਾਰ ਹੋ ਗਈ ਹੈ ਸਵਰਣਮ ਵਿਜੇ ਮਸ਼ਾਲ ਅੱਜ ਅਮ੍ਰਿਤਸਰ ਦੇ ਖਾਸਾ ਮਿਲਟਰੀ ਸਟੇਸ਼ਨ ਤੋਂ ਪੁਲਮੋਰਾ ਪੁੱਜੀ 1971 ਦੀ ਭਾਰਤ-ਪਾਕ ਜੰਗ ਦੌਰਾਨ ਇਸ ਥਾਂ ਤੇ ਇਤਿਹਾਸਕ ਪੁਲ ਕੰਜਰੀ ਲੜਾਈ ਲੜੀ ਗਈ। ਸਵਰਨਿੰ ਵਿਜੇ ਮਸ਼ਾਲ ਨੂੰ ਪੁਲਮੋਰਾ ਸਥਿਤ ਜੰਗੀ ਯਾਦਗਾਰ ਤੇ ਡੋਗਰਈ ਬ੍ਰਿਗੇਡ ਦੇ ਕਮਾਂਡਰ ਨੇ ਪ੍ਰਾਪਤ ਕੀਤਾ। ਪੁਲਮੋਰਾ ਅੰਮ੍ਰਿਤਸਰ ਸ਼ਹਿਰ ਤੋਂ ਕੋਈ 35 ਕਿਲੋਮੀਟਰ ਦੀ ਸਥਿਤੀ ਹੈ। ਅੱਜ ਸਵਰਨਿੰ ਮਸ਼ਾਲ ਦੇ ਪੁਲਮੋਰਾ ਵਿਖੇ ਪਹੁੰਚਨ ਤੇ ਇਸ ਦਾ 1971 ਦੀ ਜੰਗ ਦੇ ਸੇਵਾਮੁਕਤ ਸੈਨਿਕਾਂ, ਵੀਰ ਨਾਰੀਆਂ ਤੇ ਸਾਬਕਾ ਸੈਨਿਕਾਂ ਤੋਂ ਇਲਾਵਾ ਵਰਤਮਾਨ ਫੌਜੀਆਂ ਨੇ ਵੀ ਨਿੱਘਾ ਸਵਾਗਤ ਕੀਤਾ। ਪੁਲਮੋਰਾ ਜੰਗੀ ਯਾਦਗਾਰ ਤੇ ਡੋਗਰਈ ਬ੍ਰਿਗੇਡ ਦੇ ਕਮਾਂਡਰ ਸਮੇਤ ਹੋਰ ਫੌਜੀ ਅਧਿਕਾਰੀਆਂ ਤੇ ਸੇਵਾਮੁਕਤ ਅਧਿਕਾਰੀਆਂ ਨੇ ਫੁੱਲ ਮਲਾਵਾ ਪੇਟ ਕਰਕੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਨਿਗੀਆਂ ਸ਼ਰਧਾਂਜਲੀयां ਭੇਟ ਕੀਤੀਆਂ। ਇਸ ਮੌਕੇ ਬਹਾਦਰੀ ਪੁਰਸਕਾਰ ਜੇਤੂ ਸੈਨਿਕਾਂ, ਵੀਰਨਾਰੀਆਂ ਤੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਮਹਾਵੀਰ ਚੱਕਰ ਜੇਤੂ ਲਾਂਸ ਨਾਇਕ ਸ਼ੰਗਾਰਾ ਸਿੰਘ ਦਾ ਪਰਿਵਾਰ ਵੀ ਸ਼ਾਮਲ ਸੀ। ਲਾਸ ਨਾਇਕ ਸ਼ੰਗਾਰਾ ਸਿੰਘ ਨੇ ਇਸ ਜੰਗ ਦੌਰਾਨ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਦੁਸ਼ਮਨ ਦੀ ਫੌਜ ਦੀਆਂ ਦੋ ਮਸ਼ੀਨ ਗਨਾਂ ਨੂੰ ਤਬਾਹ ਕੀਤਾ ਇਸ ਬਹਾਦਰੀ ਦੇ ਕਾਰਨਾਮੇ ਵਿੱਚ ਉਨ੍ਹਾਂ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ ਅਜਪੂਲ ਮੂਰਾ ਤੋਂ ਭਾਰਤੀ ਫੌਜ ਦੀ ਇੱਕ ਟੀਮ ਨੇ ਉੱਥੋਂ ਦੀ ਮਿੱਟੀ ਇਕੱਠੀ ਕੀਤੀ ਜਿਸ ਨੂੰ ਨਵੀਂ ਦਿੱਲੀ ਦੇ ਕੌਮੀ ਜੰਗੀ ਯਾਦਗਾਰ ਚਾਕੇ ਉੱਥੋਂ ਦਾ ਹਿੱਸਾ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਖਬਰਾਂ ਦਾ ਹੈ ਬਲੈਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ